ਦੇ ਆਪਾ ਸਾਥੀਓ ਤੇ ਪਿਆਰੇ ਬੱਚਿਓ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਤੇ ਦੇਖੋ ਆਪਾਂ ਸਾਰਿਆਂ ਨੂੰ ਪਹਿਲੇ ਜਿਹੜੀ ਇਹ ਨਿਊਜ਼ ਮਿਲ ਗਈ ਸੀ ਵੀ ਜਿਹੜੀ 10ਵੀਂ ਤੇ 12ਵੀਂ ਦੇ ਪੇਪਰ ਜਿਹੜੇ ਆ ਉਹ ਫਰਵਰੀ ਮੰਥ ਦੇ ਵਿੱਚ ਹੋਣਗੇ ਜਿਹੜੇ ਬੋਰਡ ਦੀਆਂ ਕਲਾਸਾਂ ਦੇ ਫਾਈਨਲ ਪੇਪਰ ਪਰ ਜਿਹੜਾ 5ਵੀਂ ਤੇ 8ਵੀਂ ਦਾ ਪੂਰਾ ਸ਼ੋਰ ਨਹੀਂ ਸੀਗਾ ਪਰ ਅੱਜ ਜਿਹੜੀ ਡਿਪਾਰਟਮੈਂਟ ਵੱਲੋਂ ਪੂਰੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ ਕੇਸ ਕਲਾਸ ਦੇ ਪੇਪਰ ਕਿਸ ਡੇਟ ਤੋਂ ਸ਼ੁਰੂ ਹੋਣਗੇ ਤੇ ਕਿਸ ਡੇਟ ਤੇ ਖਤਮ ਹੋਣਗੇ ਪੂਰੀ ਡੇਟਸ਼ੀਟ ਜਿਹੜੀ ਜਾਰੀ ਹੋ ਚੁੱਕੀ ਹੈ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਕਿਸ ਕਲਾਸ ਦੇ ਪੇਪਰ ਕਿਹੜੀ ਡੇਟ ਤੋਂ ਸ਼ੁਰੂ ਹੋਣਗੇ ਤੇ ਕਿਸ ਡੇਟ ਤੇ ਜਿਹੜੇ ਸਮਾਪਤ ਹੋਣਗੇ ਤੇ ਹੁਣ ਆਪਾਂ ਚੱਲਦੇ ਹਾਂ ਜਿਹੜੀ ਡੇਟਸ਼ੀਟ ਜਾਰੀ ਕੀਤੀ ਗਈ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੈਸ ਨੋਟ ਡੇਟਸ਼ੀਟ ਸਾਲਾਨਾ ਪ੍ਰੀਖਿਆ ਫਰਵਰੀ ਮਾਰਚ 2024 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਿਤੀ 7 3 2024 24 ਤੋਂ ਲੈ ਕੇ 14 3 2024 ਤੱਕ ਅਤੇ 8ਵੀਂ ਸ਼੍ਰੇਣੀ ਦੀ ਪ੍ਰੀਖਿਆ 7 3 2024 ਤੋਂ 27 3 2024 ਤੱਕ ਕਰਮਵਾਰ ਸੈਲਫ ਪ੍ਰੀਖਿਆ ਕੇਂਦਰਾਂ ਅਤੇ ਬੋਰਡ ਦਫ਼ਤਰ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਉਸ ਤੋਂ ਬਾਅਦ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਜਿਹੜੀ 13 2 2024 ਤੋਂ 6 3 2024 ਤੱਕ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਜਿਹੜੀ ਉਹ 13 2 2024 ਤੋਂ 33 2024 ਤੱਕ ਸਮੇਤ ਓਪਨ ਸਕੂਲ ਕੰਪਾਰਟਮੈਂਟ ਰੀਪੀਅਰ ਵਾਧੂ ਵਿਸ਼ਾ ਕਾਰਗੁਜ਼ਾਰੀ ਬੋਰਡ ਦਫ਼ਤਰ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ ਅਤੇ 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ 11 ਵਜੇ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸ਼੍ਰੇਣੀਆਂ ਦੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੇ ਪਰ ਉਹ ਆਪਣੇ ਇੱਥੇ ਨਾਲ ਹੀ ਜਿਹੜੀ ਅੱਗੇ ਟੈਲੀ ਕੀਤੀ ਗਈ ਹੈ ਇੱਥੇ ਸਾਰੀਆਂ ਡੇਟਾਂ ਦੱਸ ਦਿੱਤੀਆਂ ਗਈਆਂ ਤੇ ਇੱਥੇ ਸਬਜੈਕਟ ਵਾਈਜ਼ ਕਿਸ ਡੇਟ ਨੂੰ ਕਿਹੜਾ ਪੇਪਰ ਹੈ ਇਹ ਤੁਸੀਂ ਵੀਡੀਓ ਪਾਜ਼ ਕਰਕੇ ਆਪਣੀ ਡੇਟ ਸ਼ੀਟ ਨੋਟ ਕਰ ਸਕਦੇ ਹੋ ਆ ਪਹਿਲੀ ਜਿਹੜੀ ਡੇਟ ਹੈਗੀ ਹੈ ਇਹ ਹੈਗੀ ਹੈ 5ਵੀਂ ਸ਼੍ਰੇਣੀ ਵਾਸਤੇ 5ਵੀਂ ਸ਼੍ਰੇਣੀ ਦੇ ਜਿਹੜੇ ਇਹ ਪੇਪਰ ਦਿੱਤੇ ਗਿਆ ਹੈ ਜਿਹੜਾ ਪੇਪਰ ਸ਼ੁਰੂ ਹੋਣ ਦਾ ਸਮਾਂ ਉਹ 10 ਵਜੇ ਦਾ ਰਹੇਗਾ ਤੇ 1 ਵਜੇ ਤੱਕ 3 ਘੰਟੇ ਦਾ ਪੇਪਰ ਰਹੇਗਾ ਤੇ 15 ਮਿੰਟ ਜਿਹੜੇ ਵਾਧੂ ਦਿੱਤੇ ਜਾਣਗੇ ਪੇਪਰ ਨੂੰ ਚੈੱਕ ਕਰਨ ਵਾਸਤੇ ਜਾ ਪੜਨ ਵਾਸਤੇ ਤੇ ਇਹ ਜਿਹੜੇ ਆ ਡਾਟਾ ਨੂੰ ਅਲੱਗ-ਅਲੱਗ ਪੇਪਰ ਵਿਸ਼ਾ ਜਿਹੜਾ ਦਿੱਤਾ ਗਿਆ ਹੈ ਤੇ 14 ਤਰੀਕ ਨੂੰ ਜਿਹੜੇ ਇਹ ਪੇਪਰ ਸਮਾਪਤ ਹੋਣਗੇ ਤੇ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰ ਵਿੱਚ ਹੀ ਹੋਵੇਗੀ ਤੇ ਇਹ ਉਪਰ ਦੱਸ ਹੀ ਦਿੱਤਾ ਗਿਆ ਹੈ ਤੇ ਨਾਲ ਜਿਹੜਾ ਪ੍ਰਯੋਗੀ ਪ੍ਰੀਖਿਆ ਦੀ ਗੱਲ ਕੀਤੀ ਗਈ ਹੈ ਕੋਈ ਜਿਹੜੀ ਪੰਜਵੀਂ ਕਲਾਸ ਲਈ ਜਾਣੀ ਆ ਉਹ 15 ਤਰੀਕ ਨੂੰ ਹੀ ਜਿਹੜੀ ਸ਼ੁੱਕਰਵਾਰ ਨੂੰ ਲੈ ਲਈ ਜਾਵੇਗੀ ਇਸ ਤਰ੍ਹਾਂ ਅੱਗੇ ਜਿਹੜੀ ਡੇਟ ਸ਼ੀਟ ਹੈ ਉਹ ਆਪਾਂ ਗੱਲ ਕਰਾਂਗੇ 8ਵੀਂ ਸ਼੍ਰੇਣੀ ਦੀ 8ਵੀਂ ਸ਼੍ਰੇਣੀ ਵਾਲੇ ਵੀ ਇੱਥੇ ਵੀਡੀਓ ਪੋਸਟ ਕਰਕੇ ਆਪਣੀ ਜਿਹੜੀ ਡੇਟ ਸ਼ੀਟ ਨੋਟ ਕਰ ਸਕਦੇ ਆ ਇਹਦੇ ਵਿੱਚ ਕੀ ਹੈ ਪ੍ਰੀਖਿਆ ਸਵੇਰੇ 11 ਵਜੇ ਸ਼ੁਰੂ ਹੋਵੇਗੀ 3 ਘੰਟੇ ਦੀ ਪ੍ਰੀਖਿਆ ਹੋਵੇਗੀ ਤੇ 15 ਮਿੰਟ ਜਿਹੜੇ ਵਾਧੂ ਸਮਾਂ ਦਿੱਤਾ ਜਾਏਗਾ ਇਸ ਤਰ੍ਹਾਂ ਜਿਹੜੇ ਸਬਜੈਕਟ ਦੇ ਡੇਟ ਵਾਈਜ਼ ਆ ਜਿਵੇਂ 3 7 ਤਰੀਕ ਨੂੰ ਜਿਹੜਾ ਪਹਿਲਾ ਪੇਪਰ ਸਮਾਜਿਕ ਵਿਗਿਆਨ ਦਾ 11 ਉਸ ਤੋਂ ਬਾਅਦ 11 ਤਰੀਕ ਨੂੰ ਜਿਹੜਾ ਪੇਪਰ ਗਣਿਤਾ ਹੋਊਗਾ 12 ਤਰੀਕ ਨੂੰ ਜਿਹੜਾ ਪੇਪਰ ਪੰਜਾਬੀ ਹਿੰਦੀ ਉਰਦੂ ਜਿਹੜੀ ਵੀ ਪਹਿਲੀ ਭਾਸ਼ਾ ਜਿੱਥੇ ਹੈਗੀ ਹੈ ਉਸ ਤਰ੍ਹਾਂ ਤੇ ਟੋਟਲ ਜਿਹੜੇ 27 ਮਾਰਚ ਨੂੰ ਜਿਹੜੇ ਪੇਪਰ ਖਤਮ ਹੋ ਜਾਣਗੇ ਤੇ ਪ੍ਰਯੋਗੀ ਪ੍ਰੀਖਿਆ ਜਿਹੜੀ 28 ਦਿਨ ਵੀਰਵਾਰ ਨੂੰ ਤੇ 3 April ਬੁੱਧਵਾਰ ਨੂੰ ਜਿਹੜੀ ਸਕੂਲ ਪੱਧਰ ਤੇ ਪ੍ਰਕਿਰਿਆਤਿਆਂ ਦੀ ਸੂਵਿਧਾ ਅਨੁਸਾਰ ਕਰਵਾਈ ਜਾਵੇਗੀ ਇਸ ਤੋਂ ਬਾਅਦ 10ਵੀਂ ਜਮਾਤ ਦੀ ਤੇ ਜਦੋਂ 10ਵੀਂ ਜਮਾਤ ਦੀ ਜਿਹੜੀ ਡੇਡ ਸ਼ੀਟ ਜਾਰੀ ਹੋ ਚੁੱਕੀ ਹੈ ਇਹਦੇ ਵਿੱਚ ਤੁਸੀਂ ਦੇਖ ਲਓ ਡੇਟ 13/2 ਦਿਨ ਮੰਗਲਵਾਰ ਉਸ ਤੋਂ ਬਾਅਦ 14/2 ਨੂੰ ਆਹ ਨਾਲ ਅੱਗੇ ਪੇਪਰ ਲਿਖਿਆ ਵਿਸ਼ੇ ਲਿਖਿਆ ਸਮਾਂ ਲਿਖਿਆ 11 ਵਜੇ ਤੋਂ ਲੈ ਕੇ 2:15 ਪੇਪਰ ਪੰਜਾਬੀ A ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਉਸ ਤੋਂ ਬਾਅਦ 14 ਤਰੀਕ ਨੂੰ 15 ਨੂੰ 16 17 ਉਸ ਤੋਂ ਬਾਅਦ 19 20 ਤੇ ਇਸ ਤਰ੍ਹਾਂ ਜਿਹੜੀ 21 2 ਤੇ ਟੋਟਲ ਇਹ ਜਿਹੜੀ ਚੱਲੇਗੀ 6 ਤਿੰਨ 6 ਤਿੰਨ ਤੱਕ ਜਿਹੜੇ 10ਵੀਂ ਦੇ ਪੇਪਰ ਚੱਲਣਗੇ ਉਸ ਤੋਂ ਬਾਅਦ ਜਿਹੜੀ +2 ਦੀ ਪ੍ਰੀਖਿਆ ਉਹ ਜਿਹੜੀ 13 ਫਰਵਰੀ ਤੋਂ ਸਟਾਰਟ ਹੋ ਜਾਏਗੀ ਤੇ ਸਾਰੇ ਪੇਪਰ ਕੋਡ ਤੁਸੀਂ ਆਪਣੇ ਜਿਹੜੇ ਚੈੱਕ ਕਰ ਸਕਦੇ ਹੋ ਤੇ ਇਹ ਜਿਹੜੀ ਪ੍ਰੀਖਿਆ ਲਾਸਟ ਡੇਟ ਇਹਨਾਂ ਨੇ ਦਿੱਤੀ ਹੈ ਜਿਹੜੀ 27 3 ਤੇ ਇਸ ਤੋਂ ਬਾਅਦ ਲਾਸਟ ਜਿਹੜਾ ਪੇਪਰ ਹੈ 33 ਸਾਰੀ ਅੱਗੇ ਜਿਹੜੀ ਡੇਟ ਸ਼ੀਟ ਤੇ ਲਾਸਟ ਜਿਹੜਾ 28 ਤਿੰਨ ਦਿਨ ਵੀਰਵਾਰ ਪਾਤਾਵਰਣ ਸਿੱਖਿਆ ਤੇ ਪੂਰੀ ਡੇਟ ਸ਼ੀਟ ਜਿਹੜੀ ਕਲਾਸਾਂ ਵਾਈਜ਼ ਜਿਹੜੀ ਪਲੱਸ 2 ਦੀ 10ਵੀਂ ਦੀ 5ਵੀਂ ਦੀ ਆਪਾਂ ਡੇਟ ਸ਼ੀਟ ਦਿਖਾ ਦਿੱਤੀ ਹੈ ਇਹ ਪੀਡੀਐਫ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਵੀ ਮਿਲ ਜੇਗੀ ਉਥੋਂ ਵੀ ਤੁਸੀਂ ਜਿਹੜੀ ਇਹ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਹੁਣ ਬੱਚਿਓ ਜਿਹੜੀ ਡੇਟ ਸ਼ੀਟ ਜਾਰੀ ਹੋ ਚੁੱਕੀ ਹੈ ਜੋ ਵੀ ਤੁਹਾਡੇ ਕੋਲ ਕਿਸੇ ਕੋਲ 2 ਮਹੀਨੇ ਦਾ ਸਮਾਂ ਹੈ ਤੇ ਕਿਸੇ ਕੋਲ 3 ਮਹੀਨੇ ਦਾ ਉਹ ਸਮਾਂ ਜਿਹੜਾ ਬਹੁਤ ਕੀਮਤੀ ਹੈ ਤੇ ਇਹ ਸਮੇਂ ਨੂੰ ਬਿਲਕੁਲ ਵਿਅਰਥ ਨਾ ਕਰੋ ਤੇ ਹੁਣ ਜਿਹੜੀ ਆਪਣੀ ਪੜ੍ਹਾਈ ਚ ਜੁਟ ਜੋ ਰੈਗੂਲਰ ਤੇ ਪੰਜਵੀਂ ਦੇ ਜਿਹੜੇ ਮਾਡਲ ਪੇਪਰ ਹੈ ਉਹ ਆਪਾਂ ਅੱਗੇ ਸ਼ੇਅਰ ਕਰਾਂਗੇ ਤੁਹਾਨੂੰ ਸੋਲਵ ਕਰਵਾਵਾਂਗੇ ਤਾਂ ਜੋ ਉਹਦੇ ਤੋਂ ਵਧੀਆ ਪੇਪਰਾਂ ਦੀ ਤਿਆਰੀ ਹੋ ਸਕੇ ਥੈਂਕ ਯੂ ਜੀ ਵੀਡੀਓ ਨੂੰ ਦੇਖਣ ਵਾਸਤੇ ਅੱਗੇ ਸਾਰੇ ਤੱਕ ਜਿਹੜੀ ਥੈਂਕ ਯੂ